ਇੱਕ ਜੀ ਬੱਚਾ ਆਪਣੀ ਬੇਬੇ ਨੂੰ ਪੁੱਛਦਾ ਕਿ ਬੇਬੇ ਮੈਂ ਕਹਿੰਦਾ ਕਿੱਦਾਂ ਪੈਦਾ ਹੋਇਆ ਸੀ। ਬੇਬੇ ਕਹਿੰਦੀ ਦੇਖ ਇੱਕ ਦਿਨ ਮੈਂ ਅਤੇ ਤੇਰੇ ਪਾਪਾ ਜੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸੀ, ਬਾਹਰ ਬੈਠੇ ਸੀਗੇ, ਅਸਮਾਨ 'ਚ ਤਾਰੇ ਨਿਕਲ ਸੀ, ਚੰਦਰਮਾ ਨਿਕਲਿਆ ਸੀ, ਠੰਡੀ ਠੰਡੀ ਹਵਾ ਚੱਲਦੀ ਸੀ। ਤਾਂ ਕਹਿੰਦਾ ਪਰੀ ਆਈ ਤਾਂ ਉਹ ਮੇਰੀ ਝੋਲੀ ਤੈਨੂੰ ਪਾ ਗਈ। ਕਹਿੰਦਾ ਅੱਛਾ। ਅਤੇ ਕਹਿੰਦਾ ਪਾਪਾ ਜੀ ਕਿੱਦਾਂ ਪੈਦਾ ਹੋਏ ਸੀ? ਕਹਿੰਦਾ ਪਾਪਾ ਜੀ ਇੱਕ ਦਿਨ ਦਾਦਾ ਜੀ ਅਤੇ ਦਾਦੀ ਜੀ ਉਹ ਬਾਹਰ ਬੈਠੇ ਸੀ ਮੰਜੇ 'ਤੇ, ਦਾਦੀ ਪੱਖਾ ਚੱਲਦੀ ਸੀ ਅਤੇ ਦਾਦਾ ਜੀ ਕਹਿੰਦਾ ਲੱਸੀ ਪੀ ਰਹੇ ਸੀਗੇ, ਨਜ਼ਾਰੇ ਲੈ ਰਹੇ ਸੀ ਮੌਸਮ ਦੇ। ਤਾਂ ਕਹਿੰਦਾ ਪਰੀ ਆਈ ਉਹ ਦਾਦੀ ਝੋਲੀ 'ਚ ਤੇਰੇ ਪਾਪੇ ਨੂੰ ਪਾ ਗਈ। ਅੱਛਾ, ਕਹਿੰਦਾ ਆਹ ਗੱਲ ਹੈ। ਤਾਂ ਕਹਿੰਦਾ ਬੇਬੀ ਇੱਕ ਗੱਲ ਦੱਸ, ਅਤੇ ਮੇਰੇ ਵੀ ਬੱਚਾ ਕਹਿੰਦਾ ਇੱਦਾਂ ਹੀ ਹੋਊਗਾ? ਕਹਿੰਦੀ ਹਾਂ, ਜਾਂ ਤੂੰ ਅਤੇ ਤੇਰੀ ਜਨਾਨੀ ਬਾਹਰ ਬੈਠੇ ਹੋਊਗੇ, ਮੌਸਮ ਵਧੀਆ ਹੋਊਗਾ, ਅਤੇ ਕਹਿੰਦਾ ਪਰੀ ਆਊਗੀ ਉਹ ਤੇਰੀ ਜਨਾਨੀ ਝੋਲੀ 'ਚ ਬੱਚਾ ਪਾ ਦੂਗੀ। ਅੱਛਾ, ਪਰ ਕਹਿੰਦਾ ਬੇਬੀ ਤੈਨੂੰ ਇੱਕ ਗੱਲ ਪੁੱਛਣੀ ਹੈ। ਕਹਿੰਦੀ ਪੁੱਛ ਪੁੱਤ ਪੁੱਛ, ਸਭ ਗੱਲਾਂ ਕਲੀਅਰ ਕਰ ਦੇਣੀ। ਕਹਿੰਦੇ ਗੱਲ ਦੱਸ, ਜਿਹੜਾ ਕਹਿੰਦਾ ਸੈਕਸ ਆ ਉਹ ਕਹਿੰਦਾ ਮੈਂ ਆਪਣੀ ਜਨਾਨੀ ਨਾਲ ਕਰਨਾ ਕਿ ਜਿਹੜੀ ਪਰੀ ਬੱਚਾ ਦੇਣਾ ਉਹ ਪਰੀ 'ਤੇ ਚੜ੍ਹਨਾ?